ਇਸੇ ਢੰਗ ਨਾਲ ਬਿਹਾਰ 'ਚ ਬੇਸ਼ੱਕ ਨਤੀਸ਼ ਬਾਬੂ ਵਿੱਚੋਂ ਨਿਕਲ ਗਏ, ਲਾਲੂ ਪ੍ਰਸਾਦ ਯਾਦਵ ਅਤੇ ਕਾਂਗਰਸ ਦਾ ਜਿਹੜਾ ਅਲਾਇੰਸ ਹੈ ਹੋਰ ਛੋਟੀਆਂ ਪਾਰਟੀਆਂ ਨੂੰ ਲੈ ਕੇ, ਉਹ ਵੀ ਲਗਭਗ ਹੋ ਚੁੱਕਿਆ। ਇਸੇ ਢੰਗ ਨਾਲ ਵੈਸਟ ਬੰਗਾਲ 'ਚ ਮੈਂ ਪਰਸੋਂ ਸਵੇਰੇ ਮੇਰੀ ਫਲਾਈਟ ਕਲਕੱਤੇ ਚੱਲਿਆ ਅਤੇ ਕਾਫੀ ਅੱਗੇ ਸਾਡਾ ਅਲਾਇੰਸ ਉੱਥੇ ਤਿੰਨ ਧਿਰਾਂ ਹੋਏਗਾ, ਕਮਿਊਨਿਸਟ ਪਾਰਟੀ ਨਾਲ ਹੋਏਗਾ ਔਰ ਮਮਤਾ ਜੀ ਨਾਲ ਹੋਏਗਾ। ਮੈਨੂੰ ਪੂਰਨ ਆਸ ਹੈ ਕਿ ਉਹ ਵੀ ਹੋ ਜਾਏਗਾ। ਅਤੇ ਇਸੇ ਢੰਗ ਨਾਲ ਯੂਪੀ 'ਚ ਪਿਛਲੇ ਦਿਨਾਂ 'ਚ ਸਾਡਾ ਅਲਾਇੰਸ ਇਹਨਾਂ ਨਾਲ, ਅਖਿਲੇਸ਼ ਬਾਬੂ ਜੀ ਨਾਲ ਹੋ ਗਿਆ ਅਤੇ ਅਸੀਂ ਜ਼ਬਰਦਸਤ ਟੱਕਰ ਅਖਿਲੇਸ਼ ਜੀ ਨੂੰ ਲੈ ਕੇ ਯੂਪੀ 'ਚ ਦੇਵਾਂਗੇ। ਸੋ ਜਿਹਨਾਂ ਜਿਹਨਾਂ ਸੂਬਿਆਂ 'ਚ ਮੇਰੇ ਦੇਖ ਰੇਖ ਚੱਲਦੀ ਹੈ, ਨੌਰਥ ਈਸਟ ਦੀਆਂ ਸਟੇਟਾਂ 'ਚ ਅਸੀਂ ਤ੍ਰਿਪੁਰਾ 'ਚ CPM ਨਾਲ ਸਮਝੌਤਾ ਕਰਾਂਗੇ। ਇਸੇ ਢੰਗ ਨਾਲ ਇੱਕ ਦੋ ਹੋਰ ਸਟੇਟਾਂ 'ਚ ਉੱਥੇ ਸਾਡੀ ਸਮਝੌਤੇ ਦੀ ਗੱਲ ਚੱਲਦੀ ਹੈ। ਉੱਥੇ ਵੀ ਜੈਸਾ ਮੇਘਾਲਿਆ, ਸ਼ਿਲੌਂਗ ਦੀ ਸੀਟ ਅਸੀਂ ਲੜਾਂਗੇ ਔਰ ਤੁਰਾ ਦੀ ਜਿਹੜੀ ਸੀਟ ਹੈ ਇਹ ਅਸੀਂ ਔਫਰ ਕੀਤੀ ਹੈ CPM। ਸੋ ਕੁੱਲ ਮਿਲਾ ਕੇ ਮੇਰਾ ਕਹਿਣ ਦਾ ਮਤਲਬ ਕਿ ਦੇਸ਼ ਦੇ ਲੋਕ ਇਸ ਗੱਲ ਨੂੰ ਸਮਝਦੇ ਹੈ ਕਿ 2019 ਵਿੱਚ ਵੀ 38% ਵੋਟ BJP ਨੂੰ ਪਈ ਸੀ, 62% ਵੋਟ ਇਹਨਾਂ ਤੋਂ ਖਿਲਾਫ ਲੋਕਾਂ ਨੇ ਪਾਈ ਹੈ ਔਰ ਇਸ ਵਾਰ ਉਸ ਵੋਟ 'ਚ ਕਾਫੀ ਵਾਧਾ ਹੋਣ ਦੀ ਉਮੀਦ ਹੋਏਗੀ। ਬਹੁਤ ਵੱਡਾ ਵਿਰੋਧ ਹੈ ਇਹ ਜਿਹੜੀ BJP ਦੀਆਂ ਜਿਹੜੀਆਂ ਪੋਲਿਸੀਆਂ ਦਾ ਉਹ ਸਾਰੇ ਦੇਸ਼ ਵਿੱਚ ਹੈ ਔਰ ਇਹ ਨਤੀਜੇ ਆਉਣ ਤੋਂ ਹੀ ਪਤਾ ਲੱਗੇਗਾ ਜਦੋਂ ਤਸਵੀਰ ਤੁਹਾਡੇ ਸਾਹਮਣੇ ਹੋਈ। ਇਸੇ ਢੰਗ ਨਾਲ ਪੰਜਾਬ ਦੇ ਅੰਦਰ ਵੀ ਜਦੋਂ ਨਤੀਜੇ ਆਉਣਗੇ ਤਾਂ ਤੁਹਾਡੇ ਸਾਹਮਣੇ ਆਏਗਾ ਕਿ ਮੈਂ ਹੋਰ ਤਾਂ ਬਹੁਤੀ ਗੱਲ ਨਹੀਂ ਕਹਿੰਦਾ, ਲੇਕਿਨ ਇੱਕ ਗੱਲ ਜ਼ਰੂਰ ਕਹੂੰਗਾ ਕਿ BJP ਨੂੰ ਅਸੀਂ ਨਹੀਂ ਮਹਿਸੂਸ ਕਰਦੇ ਕਿ ਅੱਜ ਤਰੀਕ ਵਿੱਚ 21 ਸੀਟ ਉਹਨਾਂ ਨੂੰ ਮਿਲ ਸਕਦੀ, 13 ਚੋਂ 13 ਨਹੀਂ ਮਿਲ। ਹਾਲਾਤ ਇੰਨੇ ਮਾੜੇ, ਹਾਲਾਤ ਇੰਨੇ ਮਾੜੇ ਹੈ। ਸੋ ਜਿਹੜੀ ਮੁੱਖ ਟੱਕਰ ਹੈ ਉਹ BJP ਨਾਲ, ਬਾਕੀ ਪਾਰਟੀਆਂ ਨਾਲ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਹੈਗੀ, ਕਿਉਂਕਿ ਲੜਾਈ ਜਿਹੜੀ ਹੈ ਉਹ ਵਿਚਾਰਧਾਰਾ ਦੀ, ਕਿਸੇ ਨਾਲ BJP ਨਹੀਂ ਹੈ, ਨਿੱਜੀ BJP ਲੜਦੀ ਹੈ, ਲੜਾਈ ਵਿਚਾਰਧਾਰਾ ਦੀ। ਉਹ ਰਾਈਟ 'ਚ ਖੜ੍ਹੇ ਹੈ, ਸਾਡੀ ਕੱਪੜੀ ਵਿਚਾਰਧਾਰਾ ਕਾਂਗਰਸ ਦੀ। ਅਤੇ ਕਾਂਗਰਸ ਦਾ ਜਿਹੜਾ ਸਭ ਤੋਂ ਬੜਾ ਸਰਮਾਇਆ ਹੈ, ਸਭ ਤੋਂ ਬੜੀ ਜਿਹੜੀ ਦੌਲਤ ਹੈ ਉਹ ਸਾਡੀ ਵਿਚਾਰਧਾਰਾ, ਔਰ ਸਾਡੀ ਵਿਚਾਰਧਾਰਾ ਦੇ ਨਾਲ ਰਲਦੀ ਮਿਲਦੀ ਜਿੰਨੇ ਵਿਚਾਰਧਾਰਾ ਵਾਲੀਆਂ ਪੋਲੀਟੀਕਲ ਪਾਰਟੀਆਂ ਦੇ ਉਹ ਆਲਮੋਸਟ ਸਾਡੇ ਨਾਲ ਚੱਲਣ ਨੂੰ ਤਿਆਰ ਹੈ। ਠੀਕ ਹੈ ਜਦੋਂ ਸੀਟਾਂ ਦਾ ਲੈਣ ਦੇਣ ਹੁੰਦਾ ਹੈ ਤਾਂ ਉਹਦੇ ਵਿੱਚ ਥੋੜ੍ਹਾ ਬਹੁਤਾ ਕਿਤੇ ਮਨਮਟਾਵ ਵੀ ਆ ਜਾਂਦਾ, ਕਿਤੇ ਰੁਕਾਵਟ ਵੀ ਹੋ ਜਾਂਦੀ ਹੈ, ਕਿਤੇ ਕੋਈ ਵੱਧ ਮੰਗਦਾ, ਕਿਤੇ ਕੋਈ ਘੱਟ ਦੇਣ ਨੂੰ ਤਿਆਰ ਹੈ। ਲੇਕਿਨ ਇਹ ਸਾਰੀਆਂ ਚੀਜ਼ਾਂ ਮੇਰੇ ਮੁਤਾਬਕ ਆਉਣ ਵਾਲੇ 10 ਦਿਨ ਦੇ ਵਿੱਚ ਟੋਟਲ ਖਤਮ ਹੋ ਕੇ ਬਿਲਕੁਲ ਤਸਵੀਰ ਜਿਹੜੀ ਆ ਉਹ ਸਾਫ਼ ਹੋ ਗਈ। ਸਰ ਪੰਜਾਬ 'ਚ ਵੀ ਜਿਹੜੀ ਕਾਂਗਰਸ ਉਹ ਇਕੱਲੀ ਇਲੈਕਸ਼ਨ ਲੜੇਗੀ ਕਿ ਅਲਾਇੰਸ ਦੇ ਤੌਰ 'ਤੇ? ਮੈਂ ਇਹਦੇ ਬਾਰੇ ਹਜੇ ਕੁਛ ਨਹੀਂ ਕਹਿਣਾ ਜੀ, ਇਹ ਹਜੇ ਪ੍ਰੀਮੈਚੁਰ ਹੈ। ਸਰ ਇੱਕ ਇਹ ਦੱਸੋ ਵੀ ਭਾਰਤੀ ਜਨਤਾ ਪਾਰਟੀ ਨੇ ਮੋਦੀ ਜੀ ਨੂੰ ਪ੍ਰੋਜੈਕਟ ਕੀਤਾ ਅਤੇ ਉਹਨਾਂ ਦਾ ਏਜੰਡਾ ਵੀ 400 ਤੋਂ ਜ਼ਿਆਦਾ ਸੀਟਸ ਅਸੀਂ ਲੈਣਾ, ਤਾਂ ਇਸੇ ਦੌਰਾਨ ਰਾਹੁਲ ਗਾਂਧੀ ਜੀ ਦੀ ਵੀ ਯਾਤਰਾ ਚੱਲ ਰਹੀ ਹੈ, ਉਹ ਦੋਨੋਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੈ? ਵੀ ਉਹਦੇ ਨਾਲ ਕਾਂਗਰਸ ਏਜੰਡਾ ਰੱਖਣਾ ਤਾਂ ਕੋਈ ਮਾੜੀ ਗੱਲ ਨਹੀਂ, ਨਿਸ਼ਾਨੇ ਰੱਖਣਾ ਕੋਈ ਮਾੜੀ ਗੱਲ ਨਹੀਂ, ਠੀਕ ਹੈ, ਲੇਕਿਨ ਨਿਸ਼ਾਨੇ ਹਮੇਸ਼ਾ ਪੂਰੇ ਨਹੀਂ ਹੁੰਦੇ। ਇੰਡੀਆ ਦਾ ਨਿਸ਼ਾਨਾ ਉਹਨਾਂ ਨੇ 400 ਦਾ ਰੱਖਿਆ, ਉਹਨਾਂ ਨੂੰ ਮੁਬਾਰਕ, ਠੀਕ ਹੈ,
ਲੇਕਿਨ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਨਿਸ਼ਾਨਾ ਰੱਖਿਆ ਉਹ ਪੂਰਾ ਹੋ ਸਰ ਇੰਡੀਆ ਦਾ ਜਿਹੜਾ ਗਠਬੰਧਨ ਹੈ ਕਿਸੇ ਚਿਹਰੇ ਤੇ ਕਰੂੰਗਾ ਜਾਂ ਸਿਰਫ ਬੀਜੇਪੀ ਵਿਰੋਧੀ ਵਿਚਾਰਧਾਰਾ ਨੂੰ ਲੈ ਕੇ ਇਲੈਕਸ਼ਨ ਜਿਹੜਾ ਲੜੂਗਾ, ਜਿੱਦਾਂ ਇੰਡੀਆ ਗਠਬੰਧਨ ਹੈ ਉਸ ਵਿੱਚ ਹਾਂ ਕੋਈ ਕਿਸੇ ਨੂੰ ਚਿਹਰਾ ਇੱਕ ਰੱਖੂਗਾ? ਕਲੈਕਟਿਵ ਲੀਡਰਸ਼ਿਪ, ਠੀਕ ਹੈ ਜੀ, ਕਲੈਕਟਿਵ ਲੀਡਰਸ਼ਿਪ ਸਿਰਫ ਉਸ ਤੇ ਬੀਜੇਪੀ ਦੀ ਸਾਰੇ ਵਿਚਾਰਧਾਰਾ, ਹਮ ਸਭਰ ਹੈ, ਅਸੀਂ ਸਾਰੇ ਹਮ ਸਭਰ ਹੈ, ਬੀਜੇਪੀ ਦੀ ਵਿਚਾਰਧਾਰਾ ਦੇ ਖਿਲਾਫ ਬਿਲਕੁਲ ਬਿਲਕੁਲ ਸਰ ਰਾਮ ਮੰਦਿਰ ਲੜਾਈ ਦਾ, ਵਿਚਾਰਧਾਰਾ ਰਾਮ ਮੰਦਿਰ ਦਾ ਕੋਈ ਕੀ ਲੱਗਦਾ ਪੂਰੇ ਦੇਸ਼ 'ਚ, ਤੁਸੀਂ ਘੁੰਮਦੇ ਹੋ ਕਿੱਦਾਂ ਦਾ ਮੁੱਦਾ ਲੱਗਦਾ? ਰਾਮ ਮੰਦਿਰ ਦਾ ਜਿਹੜਾ ਅਸਰ ਹੈ ਉਹ ਜਿਹਨੂੰ ਕਊ ਬੈਲਟ ਕਹਿੰਦੇ ਹਾਂ ਅਸੀਂ ਉੱਥੇ ਹੈ, ਲੇਕਿਨ ਉਹ ਹੌਲੀ ਹੌਲੀ ਮੱਠਾ ਹੋ ਰਿਹਾ, ਜਿਉਂ ਜਿਉਂ ਵਕਤ ਗੁਜ਼ਰ ਰਿਹਾ ਉਹਦਾ ਜਿਹੜਾ ਜੋਸ਼ ਹੈ ਉਹ ਠੰਡਾ ਹੋ ਰਿਹਾ, ਕਿਉਂਕਿ ਰਾਮ ਤਾਂ ਸਭ ਦੇ ਹੈ, ਰਾਮ ਸਾਡੇ ਵੀ ਹੈ, ਰਾਮ ਉਹਨਾਂ ਦੇ ਵੀ ਹੈ, ਰਾਮ ਦੀ ਕਿੰਨੀ ਕੁ ਮਾਰਕੀਟਿੰਗ ਕਰਨੀ ਹੈ। ਸਰ ਇਹ ਅਲਾਇੰਸ ਕਿਉਂ ਹੋ ਰਿਹਾ ਔਰ ਕੀ ਫੋਕਸ ਕੀ ਹੈ ਮੇਨ ਲਾਈਨ? ਇਹਦਾ ਅਲਾਇੰਸ ਅਲਾਇੰਸ ਹੈ ਇਸ ਕਰਕੇ ਹੋ ਰਿਹਾ ਹੈ, ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣਾ, ਇਸ ਦੇਸ਼ ਦੇ ਸੰਵਿਧਾਨ ਪਰ ਜਿਹੜੀ ਚੋਟ ਹੋ ਰਹੀ ਉਹਨੂੰ ਬਚਾਉਣਾ, ਇਸ ਦੇਸ਼ ਦੇ ਵਿੱਚ ਜਿਹੜੀਆਂ ਡਿਫਰੈਂਟ ਜਿਹੜੀਆਂ ਏਜੰਸੀਆਂ ਹੈ, ਇੰਸਟੀਟਿਊਸ਼ਨਸ ਹੈ, ਉਹਦੇ ਮਿਸਯੂਜ਼ ਤੋਂ ਮੁਲਕ ਨੂੰ ਬਚਾਉਣਾ। ਸਰ ਇੱਕ ਡੈਮੋਕ੍ਰੇਸੀ ਤੁਸੀਂ ਇਹ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਚੋਣ ਪ੍ਰਚਾਰ ਕਰਦੇ ਸੀ ਤਾਂ ਉਹ ਬੱਸ 'ਚ ਵੀ ਜਾਂਦੇ ਸੀ, ਐਰੋਪਲੇਨ 'ਚ ਵੀ ਜਾਂਦੇ ਸੀ, ਟ੍ਰੇਨ 'ਚ ਵੀ ਜਾਂਦੇ ਸੀ, ਕੈਮਲ 'ਤੇ ਵੀ ਜਾਂਦੇ ਸੀ, ਘੋੜਾ ਗੱਡੀ 'ਤੇ ਵੀ ਜਾਂਦੇ, ਸਾਈਕਲ 'ਤੇ ਵੀ ਜਾਂਦੇ ਸੀ। ਅੱਜ ਜਿਹੜਾ ਲੀਡਰ ਹੈ ਬੜਾ ਹਾਈ ਫਾਈ ਹੋ ਗਿਆ, ਉਹਦੇ ਕੋਲ ਚਾਰਟਰ ਪਲੇਨ ਹੈ, ਇਹ ਹੈ ਵੋ ਹੈ, ਅਤੇ ਨਾਲ ਹੀ ਜਿਹੜਾ ਵੋਟਰ ਹੈ ਉਹਦਾ ਵੀ ਰੇਟ ਹੋ ਗਿਆ, ਮੀਡੀਆ ਦਾ ਵੀ ਰੇਟ ਹੋ ਗਿਆ, ਹੋਰ ਬੰਦਿਆਂ ਦਾ ਵੀ ਰੇਟ ਹੋ ਗਿਆ, ਇਸ ਚੀਜ਼ ਨੂੰ ਕਿੱਦਾਂ ਦੇਖਦੇ ਵੀ 75 ਸਾਲ ਬਾਅਦ ਡੈਮੋਕ੍ਰੇਸੀ ਘੱਟ ਹੀ ਨਹੀਂ ਬਣ ਗਈ? ਸਰ ਸਮਝ ਦੇਖੋ ਮੈਂ ਇਸ ਗੱਲ ਨਾਲ ਤਾਂ ਸਹਿਮਤ ਨਹੀਂ ਹੈ ਤੁਹਾਡੇ ਨਾਲ, ਮੈਂ ਇਸ ਕਰਕੇ ਸਹਿਮਤ ਨਹੀਂ ਹੈ ਕਿ ਇਸ ਦੇਸ਼ ਦੀ ਜਿਹੜਾ ਪ੍ਰਜਾਤੰਤਰ ਹੈ, ਡੈਮੋਕ੍ਰੇਸੀ ਹੈ, ਉਹ ਪਿਛਲੇ 70 ਸਾਲ 'ਚ ਪਰਪੱਕ ਹੋਈ ਹੈ। ਇਸ ਦੇਸ਼ ਦੀ ਜਿਹੜੀ ਪ੍ਰਜਾਤੰਤਰ ਦੀ ਜਿਹੜੀ ਸਭ ਤੋਂ ਵੱਡੀ ਡਿਫੀਕਲਟੀ ਜਿਹੜੀ ਹੈਗੀ ਹੈ, ਪੰਡਿਤ ਨਹਿਰੂ ਜੀ ਨੇ ਇੱਕ ਦਫ਼ਾ ਕਿਹਾ ਤਾ ਕਿ ਇੱਥੇ ਕੰਟਰਾਡਿਕਸ਼ਨ ਬਹੁਤ ਹੈ, ਇੱਥੇ ਟਕਰਾਅ ਬੜਾ ਹੈ, ਇੱਥੇ ਜਾਤ ਦਾ ਟਕਰਾਅ ਹੈ, ਇੱਥੇ ਧਰਮ ਦਾ ਟਕਰਾਅ ਹੈ, ਇੱਥੇ ਬੋਲੀ ਦਾ ਟਕਰਾਅ ਹੈ, ਇੱਥੇ ਇਲਾਕੇ ਦਾ ਟਕਰਾਅ ਹੈ, ਇੱਥੇ ਗਰੀਬ ਅਮੀਰ ਦਾ ਟਕਰਾਅ ਹੈ, ਇੱਥੇ ਜੈਂਡਰ ਦਾ ਟਕਰਾਅ ਹੈ, ਅਤੇ ਸਭ ਤੋਂ ਵੱਡਾ ਜਿਹੜਾ ਟਕਰਾਅ ਇੱਥੇ ਉਹ ਕਮਿਊਨਲ ਹੈ, ਧਾਰਮਿਕ ਕੱਟੜਤਾ ਦਾ ਟਕਰਾਅ। ਅਤੇ ਇਹਨਾਂ ਸਾਰੀਆਂ ਦੇ ਬਾਵਜੂਦ ਸਾਊਥ ਏਸ਼ੀਆ ਦੇ ਅੰਦਰ ਅੱਜ ਚਾਈਨਾ 'ਚ ਡੈਮੋਕ੍ਰੇਸੀ ਨਹੀਂ ਹੈ, ਅੱਜ ਪਾਕਿਸਤਾਨ ਬਰਬਾਦ ਹੋ ਗਿਆ, ਅੱਜ ਸ਼੍ਰੀਲੰਕਾ ਬਰਬਾਦ ਹੋ ਗਿਆ, ਅੱਜ ਬੰਗਲਾਦੇਸ਼ ਬਰਬਾਦ ਹੋ ਗਿਆ, ਅੱਜ ਇਸ ਖਿੱਤੇ ਦੇ ਵਿੱਚ ਅਗਰ ਕਿਤੇ ਡੈਮੋਕ੍ਰੇਸੀ ਹੈ ਤਾਂ ਇੱਥੇ, ਡੈਮੋਕ੍ਰੇਸੀ ਇੱਥੇ ਹੈ, ਡੈਮੋਕ੍ਰੇਸੀ ਕਿਤੇ ਨਹੀਂ ਹੈ, ਇਸ ਖਿੱਤੇ 'ਚ ਨਹੀਂ ਹੈ। ਲੇਕਿਨ ਸਵਾਲ ਇਸ ਗੱਲ ਦਾ ਹੈ ਕਿ ਇਸ ਡੈਮੋਕ੍ਰੇਸੀ 'ਤੇ ਕੋਈ ਆਂਚ ਨਾ ਆਏ, ਸੰਵਿਧਾਨ 'ਤੇ ਕੋਈ ਆਂਚ ਨਾ ਆਏ। ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਸੰਵਿਧਾਨ ਦਾ ਇੱਕ ਬੇਸਿਕ ਸਟਰਕਚਰ ਥਿਊਰੀ ਹੈ, ਉਹਦੀ ਜਿਹੜੀ ਰੂਹ ਹੈ, ਉਹਦੀ ਜਿਹੜੀ ਆਤਮਾ ਹੈ, ਉਹਦੇ 'ਚ ਚੋਟ ਨਾ ਹੋਏ, ਇਸ ਗੱਲ ਲਈ ਸਭ ਨੂੰ ਜਾਗਦੇ ਰਹਿਣਾ ਪੈਣਾ। ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਵੇਲੇ ਸੰਵਿਧਾਨ ਦੀ ਰੂਹ 'ਤੇ ਚੋਟ ਹੋਈ, ਉਸ ਤੋਂ ਸੰਵਿਧਾਨ ਨੂੰ ਰਲ ਮਿਲ ਕੇ ਬਚਾਇਆ।